ਕੀ ਹਾਲ ਚਾਲ ਆ ਭਾਈ ਤੁਹਾਡਾ ਸਾਰਿਆਂ ਦਾ ਨਵੀਂ ਵੀਡੀਓ 'ਚ ਸਵਾਗਤ ਆ। ਆਹ ਵੀ ਜਿਹੜੀ ਵਰਾਇਟੀ ਆ ਵਰਾਇਟੀ ਵੀ ਦੱਸਦਾ ਦਿਨ ਅੱਜ 18ਵਾਂ ਚੱਲਦਾ ਇਹਦਾ ਇਹ 17-18 ਤਰੀਕ ਨੂੰ ਲੱਗੀ ਵੀ ਆ ਬਿਨਾਂ ਕੱਦੂ ਤੇ। ਤੁਸੀਂ ਗਰੋਥ ਦੇਖੋ, ਵਰਾਇਟੀ ਦੱਸ ਦਿੰਦਾ ਕਿਆ ਕੁਛ ਪਾਇਆ ਉਹ ਦੱਸ ਦਿੰਦਾ, ਰਿਵਿਊ ਪੂਰੇ ਐਨ ਰੀਅਲ ਦਿੰਦਾ ਕਿ ਕਿਆ ਹੈ ਨਾ ਵਧੀਆ ਬਿਨਾਂ ਕੱਦੂ ਤੇ ਕਰੀ ਹੋਈ ਜਾਂ ਕੱਦੂ ਵਾਲਾ ਸਿਸਟਮ ਠੀਕ ਆ। ਦੇਖ ਲਓ ਵੀ ਇਹ ਲਵਾਈ ਤੀ ਆਪਣੇ 17-18 ਤਰੀਕ ਨੂੰ, ਤਕਰੀਬਨ 18 ਕੁ ਦਿਨ ਹੋ ਗਏ ਅੱਜ ਲੱਗੀ ਨੂੰ। ਅਤੇ ਟਿੱਲਰਾਂ ਦੀ ਗੱਲ ਕਰਾਂ, 7 ਤੋਂ ਲੈ ਕੇ 8 ਟਿੱਲਰ ਬਣਾ ਚੁੱਕੀ ਆ, 2 ਰੇ ਕੰਪਲੀਟ ਹੋ ਗਏ ਇਹਦੇ। ਹੁਣ ਤੀਆ ਰੇ ਆ ਜਿਹੜਾ 21ਵੇਂ ਦਿਨ ਆਪਾਂ ਨੇ ਪਾ ਦੇਣਾ, ਠੀਕ ਹੈ ਨਾ। ਪਹਿਲਾ ਰੇ 7ਵੇਂ ਦਿਨ, ਦੂਆ 14ਵੇਂ ਦਿਨ, ਤੀਆ 21ਵੇਂ ਦਿਨ। ਜੇ ਚੌਥਾ ਮਾੜੀ ਮੋਟੀ ਕਸਰ ਰਹਿ ਗਈ ਅੱਧੇ ਥੈਲੇ ਦੀ, ਇੱਕ ਝੋਲੀ ਦੀ, ਜੇ ਕਿਤੇ ਤਲੀ ਆ ਜਿਹੜੀ ਹੈ ਨਾ ਹਲਕੀ ਹੋ ਜਾਂਦੀ ਆ, ਉਹ ਆਪਾਂ 28ਵੇਂ ਦਿਨ ਬਸ, ਉਸ ਤੋਂ ਬਾਅਦ ਨਹੀਂ ਕੋਈ ਬਿਮਾਰੀ ਨਹੀਂ ਆਊ, ਕੋਈ ਤੇਲਾ ਘੱਟ ਆਊਗਾ, ਐਂ ਨਹੀਂ ਕਹਿ ਸਕਦਾ ਆਊਗੀ ਨਹੀਂ, ਘੱਟ ਆਊਗਾ। ਅਤੇ ਸਿਰਫ ਲੇਜ਼ਰ ਮਰਾ ਕੇ ਪਾਣੀ ਛੱਡ ਕੇ ਲਵਾਈ ਹੋਈ ਆ ਇਹ। ਦੂਏ ਕੱਦੂ ਨਾਲੋਂ ਫਰਕ ਇਹਦਾ ਤੁਹਾਨੂੰ ਦੱਸ ਦਿੰਦਾ। ਉਹ ਬਾਕੀ ਮੇਰੀ ਉਹ ਪਰਾਂ ਕੱਦੂ ਵਾਲੀ ਆ, ਉਹ ਪਰਾਂ ਤੁਹਾਨੂੰ ਤੁਸੀਂ ਦੇਖਦੇ ਹੋਣੇ, ਥੋੜ੍ਹੀ ਜਿਹੀ ਹਲਕੀ ਪੀਲੇ ਰੰਗ ਭਰਾ। ਇਹ ਸੁਪਰੀਮ 110 ਆ, ਇਹ ਆਪਾਂ ਨੇ ਸਾਰੀ ਮੋਟਰ ਇਹ ਕੰਪਲੀਟ ਕਰਤੀ। ਦੇਖ ਲਓ ਵੀ ਆ ਵੀ ਹੈ ਨਾ ਲੇਜ਼ਰ ਵਾਲੀ ਉਹ ਆ। ਇਹ ਜ਼ਮੀਨ ਬਾਈ ਰੇਤਾ ਚਾਹੀਦਾ ਜਮੇ ਹੀ, ਜਿੱਥੇ ਮੰਨ ਕੇ ਚੱਲੋ ਕਿ ਕੱਦੂ ਕਰਦੇ ਕਰਦੇ ਸੈੱਟ ਹੋ ਜਾਂਦੀ ਆ ਜ਼ਮੀਨ, ਉਹਦੇ ਵਿੱਚ ਤਾਂ ਤੁਸੀਂ ਐਕਸਪੈਰੀਮੈਂਟ ਪਹਿਲਾਂ ਆਪ ਕਰਕੇ ਦੇਖਿਓ, ਠੀਕ ਹੈ ਨਾ। ਮੈਂ ਤਾਂ 2 ਕਿੱਲਿਆਂ ਦਾ ਐਕਸਪੈਰੀਮੈਂਟ ਕਰਿਆ ਇੱਕਤੀ, ਬਾਕੀ ਝਾੜ ਝੂੜ ਦੇਖ ਕੇ ਫਿਰ ਦੇਖਾਂਗੇ ਕਿਆ ਕਹਿੰਦਾ ਹੈ ਨਾ। ਇੰਨਾ ਵੀ ਪਾਣੀ ਨਹੀਂ ਖਾਂਦੀ ਜਿੰਨਾ ਹੈ ਨਾ ਆਪਾਂ ਲਾਉਂਦੇ ਹਾਂ, ਕਿ ਲੇਜ਼ਰ ਵੱਜ ਜਾਂਦਾ ਨਾ 5-7 ਵਾਰ ਘੁੰਮਣਾ, ਉਹਨੇ ਐਨ ਸੈੱਟ ਹੋ ਜਾਣਾ, ਕਿਹੜਾ ਹੋ ਜਾਣਾ ਰੇਤੇ ਨੇ। ਅਤੇ ਬਹੁਤ ਘੱਟ ਪਾਣੀ ਖਾਂਦੀ ਹੈ, ਇੰਨਾ ਵੀ ਨਹੀਂ ਖਾਂਦੀ ਹੈਗੀ, ਪਾਣੀ ਖੜ੍ਹਾ ਰਹਿੰਦਾ, ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ। ਚਲੋ ਮੇਰਾ ਤਾਂ ਉਹ ਪਰਲੇ ਕਿਆਰੇ ਦਾ ਹੈ ਨਾ ਸੜਕ ਕਿੰਨੀ ਵਾਲੇ ਦਾ ਆ ਯਾਰ ਟੁੱਟ ਗਿਆ ਉਹਦੇ 'ਤੇ, ਹੁਣ ਥੈਲੇ ਥੁੱਲੇ ਲਾਏ ਵੇ ਸਮਾਂ 'ਤੇ, ਹੁਣ ਪੋਲੀਥੀਨ ਲਾਉਣਾ ਤਾਂ ਕਿ ਆਹ ਖੇਚ ਪਾਣੀ ਨਾ ਆਵੇ। ਅਤੇ ਗਰੋਥ ਬਹੁਤ ਸੋਹਣੀ ਆ ਇਹਦੇ ਵਿੱਚ। ਪਹਿਲਾ ਰੇ ਇਕੱਲਾ ਜੂਰੀ ਅੱਧਾ ਥੈਲਾ, ਅਤੇ 20-20-13 ਅੱਧਾ ਥੈਲਾ, ਠੀਕ ਹੈ ਨਾ। ਉਸ ਤੋਂ ਬਾਅਦ ਦੂਜੇ ਰੇ ਦੇ ਵਿੱਚ ਜਿੰਕ 5 ਕਿਲੋ ਬਸ ਜੂਰੀਏ ਦੇ ਨਾਲ, ਤੀਏ ਰੇ ਦੇ ਵਿੱਚ ਇਕੱਲਾ ਜੂਰੀਆ। ਬਸ ਇੰਨੀ ਕੁ ਗੱਲਬਾਤ ਆ। ਅਤੇ ਵੱਟਾਂ ਵੁੱਟਾਂ ਮੈਂ ਲਾਉਂਦਾ ਹੀ ਨਹੀਂ, ਪਹਿਲਾਂ ਵੀ ਨਹੀਂ ਲਾਉਂਦਾ ਹੈ ਨਾ, ਕਿ ਮੀਂਹ ਪਏ ਤਾਂ ਯਾਰ ਜਦੇ ਤਾਂ ਖੁਰ ਜਾਂਦੀ ਹੈ, ਕੋਈ ਫਾਇਦਾ ਨਹੀਂ ਹੈਗਾ। ਪਹਿਲਾਂ ਆਪਣਾ ਜਿੰਦੇ ਨਾਲੇ ਸੈੱਟ ਕਰ ਦਿਉ, ਤਾਂ ਹੀ ਇੰਨਾ ਕੰਮ ਹੁੰਦਾ ਇੱਕ ਬੰਦੇ 'ਤੇ ਹੈ ਨਾ, ਨਹੀਂ ਤਾਂ ਫਿਰ ਲੇਬਰ ਜੋਗਾ ਹੀ ਰਹਿ ਜੂਗਾ ਜੱਟ ਜ਼ਿਮੀਂਦਾਰ। ਵਧੀਆ ਮਾਹੌਲ ਆ। ਬਾਕੀ ਹੋਰ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਾ ਹੋਰ ਵਰਾਇਟੀਆਂ ਵੀ ਲਾਈਆਂ ਆਪਾਂ ਨੇ ਦੂਜੀ ਮੋਟਰ ਪਰ, ਦੂਜੀ ਮੋਟਰ ਪਰ 3 ਵਰਾਇਟੀਆਂ ਲੱਗੀਆਂ ਵੀ ਆ, ਉਹ ਤੁਹਾਨੂੰ ਰਿਵਿਊ ਇਕੱਲੀ ਇਕੱਲੀ ਦਾ ਕਰਾਂਗਾ ਹੈ ਨਾ। ਅਤੇ ਕੰਮ ਲੋਟ ਆ ਤਕਰੀਬਨ ਡਾਕਰ 'ਚ ਪੰਗਾ ਨਾ ਲੈ ਲਿਓ, ਰੇਤੇ 'ਚ ਪੰਗਾ ਜਿਵੇਂ ਮਰਜ਼ੀ ਲੈ ਲਿਓ, ਕਿੱਲੇ 2 ਕਿੱਲੇ ਦਾ ਪਹਿਲਾਂ ਟਰਾਇਲ ਕਰਕੇ ਦੇਖਿਓ। ਇਹ ਨਹੀਂ ਕਿ ਮੈਂ ਦੱਸਤਾ ਕਿ ਕਹਿੰਦੇ ਨਰਕ ਸਵਰਗ ਤਾਂ ਮਰ ਕੇ ਉਹ ਪਤਾ ਲੱਗਦਾ ਦੂਏ ਦੇ ਹੈ ਨਾ, ਜੋ ਦੂਆ ਬੰਦਾ ਦੱਸਦਾ ਉਹ ਤਾਂ ਫਿਰ ਗੱਲਾਂ ਹੀ ਆ, ਠੀਕ ਹੈ। ਉੱਥੇ ਐਕਣਾ, ਉੱਥੇ ਆਏ ਆ, ਫਲਾਣਾ ਧਮਕਾਉਣਾ। ਆਪਾਂ ਪੰਗੇ ਲੈਣ ਦੇ ਬਹੁਤ ਸ਼ੌਕੀ ਹਾਂ ਐਕਸਪੈਰੀਮੈਂਟ ਕਰਨ ਦੇ, ਨਵੇਂ ਤੋਂ ਨਵੇਂ ਆਪਾਂ ਲਾਦਾ ਲਕੀਰ ਦੇ ਫਕੀਰ ਨਹੀਂ ਹੈਗੇ,
ਕਿ ਜੇ ਪੁਰਾਣੇ ਟਾਈਮਾਂ 'ਚ ਹੈ ਨਾ ਵੱਟਾਂ ਲੱਗਦੀਆਂ ਤੀਆਂ ਆਪਾਂ ਵੀ ਲਾਈਏ, ਕਿਉਂ ਲੱਗਦੀਆਂ ਤੀਆਂ ਕਿਸੇ ਨੇ ਰੀਜ਼ਨ ਪੜ੍ਹਿਆ ਹੀ ਨਹੀਂ ਹੈਗਾ, ਸੁਣਿਆ ਹੀ ਨਹੀਂ ਹੈਗਾ, ਕਿਉਂਕਿ ਪੁਰਾਣੇ ਟਾਈਮਾਂ ਦੇ ਵਿੱਚ ਸਾਧਨ ਬਹੁਤ ਘੱਟ ਹੁੰਦੇ ਤੇ ਪਾਣੀ ਦੇ। ਹੁਣ ਇਕੱਲੇ ਇਕੱਲੇ ਕੋਲ ਤਾਂ ਮੱਛੀ ਮੋਟਰ ਆ, ਅਤੇ ਦੂਜੇ ਨੰਬਰ 'ਤੇ ਆਲੇ ਦੁਆਲੇ ਹੋਰ ਫਸਲਾਂ ਹੁੰਦੀਆਂ ਤੀਆਂ। ਹੁਣ ਇੱਧਰ ਝੋਨਾ ਉੱਧਰ ਝੋਨਾ ਕਿੱਧਰ ਨੂੰ ਵੱਟ ਖਾ ਲੂਗੀ ਯਾਰ, ਮਾੜਾ ਮੋਟਾ ਸੋਚ ਕੇ ਵਿਚਾਰ ਕੇ ਹੈ ਨਾ ਦਿਮਾਗ ਨਾਲ ਸੋਚ ਲਏ ਕਰੋ। ਜ਼ਿਮੀਂਦਾਰ ਨੂੰ ਖਰਚੇ ਘਟਾਉਣੇ ਪੈਣੇ ਆ ਤਾਂ ਇਹਨੇ ਹੋਣ ਇਨਕਮ, ਉਨਕਮ ਤਾਂ ਸਰਕਾਰਾਂ ਨੇ ਕਿੱਥੇ ਵਧਣ ਦੇਣੀ ਆਪਣੀ, ਠੀਕ ਹੈ ਨਾ। ਹੁਣ ਕਿੰਨਾ 10,000 ਤਕਰੀਬਨ 10 ਕਿੱਲੇ ਜੀਰੀ ਆ, 15,000 ਨੌਕਰ ਦਾ ਬਚਾ ਲਿਆ, ਹਿਸਾਬ ਲਾ ਲਓ ਹੁਣ, ਠੀਕ ਹੈ ਨਾ। ਪੌਣੇ ਕੁਆਂਟਲ, ਪੌਣਾ ਕੁਆਂਟਲ ਹੈ ਨਾ ਜੀਰੀ ਤਾਂ ਇੱਕ ਨਹੀਂ ਵੱਧ ਗਈ ਮੇਰੀ, ਠੀਕ ਹੈ ਜੀ। ਮਾੜਾ ਜਿਹਾ ਫੂਸ ਕੱਢਣਾ ਪੈਂਦਾ ਜ਼ਰੂਰ, ਫੂਸ ਡੱਕੇ ਮਾਰਦਾ, ਨਹੀਂ ਅੱਬਲਾ ਪਾਣੀ ਘੱਟ ਰੱਖ ਲਓ 2-3 ਦਿਨ, ਦਵਾਈ ਪਹਿਲਾਂ ਪੂਰੇ ਪਾਣੀ 'ਚ ਪਾ ਲਓ ਅਤੇ ਦਵਾਈ ਪਾ ਕੇ ਪਾਣੀ ਘਟਾ ਦਿਓ। ਜਦ ਲਾਉਣਾ 3-4 ਦਿਨ ਜਦ ਡੱਕੇ ਖੜ੍ਹੇ ਹੋ ਗਏ ਫਿਰ ਜਿਵੇਂ ਮਰਜ਼ੀ ਹੈ ਨਾ ਡੱਡੂ ਬੁਲਾਈ ਚੱਲੋ, ਉਹ ਤੁਹਾਡੀ ਆਪਣੀ ਇੱਛਾ। ਬਾਕੀ ਇਹ ਸੁਪਰੀਮ 110 ਆ, ਬਹੁਤ ਘੈਂਟ ਸਿਰੇ ਗੱਲਬਾਤ ਹੈ ਇਹਦੀ ਬਾਈ, ਵਰਾਇਟੀ ਦੀ ਦੇਖ ਲਓ। ਹੁਣ ਫਟਾਰਾ 18 ਦਿਨ 'ਚ ਯਾਰ ਕਿਆ ਭਾਲਦੇ ਹੋ ਤੁਸੀਂ, ਬਸ ਤਕਰੀਬਨ ਵੀ 10 ਕੁ ਦਿਨ ਦੇ ਵਿੱਚ ਇਹਨੇ ਪੂਰਾ ਕਵਰ ਕਰ ਲੈਣਾ ਜਿਹੜਾ ਹੈ ਨਾ ਖੇਤ ਆ, ਦੇਖ ਲਓ। ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ, ਇਹ ਲੰਬੀ ਨਾ ਹੋ ਜਾਵੇ। ਮੈਂ ਤਾਂ ਉਹੀ ਗੱਲ ਆ ਕਿ ਜਿਹੜੀ ਵੀ ਗੱਲ ਕਰਨੀ ਹੈ ਜਾਣਕਾਰੀ ਵਾਲੀ ਕਰੋ, ਇਹ ਫੁੱਦੂ ਫੜੱਕ ਗੱਲਾਂ ਕਰਕੇ ਟਾਈਮ ਵੇਸਟ ਨਾ ਕਰੋ। ਮੇਰਾ ਵੀ ਜ਼ਰੂਰੀ ਆ ਟਾਈਮ, ਤੁਹਾਡਾ ਵੀ ਜ਼ਰੂਰੀ ਆ। ਉਹੀ ਜੇ ਵਿਊਆਂ ਦੇ ਚੱਕਰਾਂ 'ਚ ਜਾਂ ਪੈਸੇ ਦੇ ਚੱਕਰ 'ਚ ਫਿਰੀ ਜਾਣਾ ਫਿਰ ਫਿਰੀ ਚੱਲੋ, ਆਹੀ ਖੇਤੀ ਦੇ ਵਿੱਚ ਰੰਗ ਭਾਗ ਲੱਗ ਜਾਣਾ, ਅਸੀਂ ਯੂਟਿਊਬ ਦੀ ਢੂਹੀ ਨਹੀਂ ਮਾਰਦੇ।